ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਕੱਲ ਪੂਰੇ ਕਹਿ ਸਕਦੇ 7ਵੇਂ ਚਰਨ ਦਾ ਜਿਹੜਾ ਮਤਦਾਨ ਹੋ ਚੁੱਕਾ ਹੋਇਆ ਵੈ ਤੇ ਜਲੰਧਰ ਵਿੱਚ ਵੀ ਵੋਟਿੰਗ ਹੋ ਚੁੱਕੀ ਹੈ। 59% ਜਿਹੜੀ ਕਿ ਵੋਟਿੰਗ ਜਲੰਧਰ ਵਿੱਚ ਹੋਈ ਹੈ ਤੇ ਹੁਣ ਜਿਹੜੀ ਕਿਸਮਤ ਹੈ ਉਹ EVM ਮਸ਼ੀਨਾਂ ਵਿੱਚ ਕੈਦ ਹੈ ਤੇ ਇਸ ਵਕਤ ਅਸੀਂ ਕਾਊਂਟਿੰਗ ਸੈਂਟਰ ਤੇ ਪਹੁੰਚ ਚੁੱਕੇ ਹਾਂ ਜਿੱਥੇ ਕਿ EVM ਮਸ਼ੀਨਾਂ ਰੱਖੀਆਂ ਗਈਆਂ। ਤੁਹਾਨੂੰ ਦੱਸ ਦੇ ਕਿ ਇੱਥੋਂ ਜਿਹੜੀ ਕਿ ਸਿਕਿਉਰਿਟੀ ਜਿਹੜੀ ਕਿ ਚੈੱਕ ਕਰਕੇ ਹੀ ਕਿਸੇ ਵੀ ਵਿਅਕਤੀ ਨੂੰ ਜਿਹੜਾ ਕੀ ਹੈ ਅੰਦਰ ਜਿਹੜਾ ਕਿ ਜਾਣ ਦਿੱਤਾ ਜਾਊਗਾ, ਕਿਉਂਕਿ 4 ਤਰੀਕ ਨੂੰ ਜਿਹੜਾ ਕਿ ਨਤੀਜੇ ਜਿਹੜੇ ਕਿ ਐਲਾਨੇ ਜਾਊਗੇ ਤੇ ਕੌਣ ਬਾਜੀ ਮਾਰੂਗਾ ਇਹ ਤਾਂ ਦੇਖਣ ਵਾਲੀ ਗੱਲ ਹੋਊਗੀ। ਕਿਉਂਕਿ ਇਸ ਵਾਰੀ 5 ਤਰਫਾ ਮੁਕਾਬਲਾ ਸੀਗਾ, ਕਿਉਂਕਿ ਸਾਬਕਾ CM ਚਰਨਜੀਤ ਸਿੰਘ ਚੰਨੀ ਹੋਣੀ ਮੈਦਾਨ ਵਿੱਚ ਉਤਰੇ ਹੋਏ ਸੀ ਕਾਂਗਰਸ ਵੱਲੋਂ, ਦੂਜੇ ਪਾਸੇ ਭਾਜਪਾ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਮੈਦਾਨ 'ਚ ਉਤਰੇ ਹੋਏ ਸੀਗੇ, ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂ ਹੋਣੀ ਮੈਦਾਨ 'ਚ ਉਤਰੇ ਹੋਏ ਸੀਗੇ, ਉਸ ਤੋਂ ਇਲਾਵਾ ਅਕਾਲੀ ਦਲ ਵਿੱਚ ਜਿਹੜਾ ਕਿ ਹੈ ਪੁਰਾਣੇ ਜਿਹੜੇ ਖਿਲਾੜੀ ਜਿਨ੍ਹਾਂ ਨੂੰ ਕਿਹਾ ਜਾਂਦਾ ਮਹਿੰਦਰ KP ਉਹ ਮੈਦਾਨ 'ਚ ਉਤਰੇ ਹੋਏ ਸੀ, ਉਸ ਤੋਂ ਇਲਾਵਾ BSP ਤੋਂ ਐਡਵੋਕੇਟ ਬਲਵਿੰਦਰ ਕੁਮਾਰ ਜਿਹੜਾ ਕਿ ਮੈਦਾਨ 'ਚ ਉਤਰੇ ਹੋਏ ਸੀਗੇ। ਇਸ ਵਾਰੀ ਤਕੜਾ ਮੁਕਾਬਲਾ ਜਿਹੜਾ ਕਿ ਦੇਖਣ ਨੂੰ ਮਿਲਿਆ। ਵੋਟਿੰਗ ਪਰਸੈਂਟੇਜ ਦੀ ਗੱਲ ਕਰੀਏ ਤੇ ਕਿਹਾ ਜਾ ਰਿਹਾ ਸੀ ਕਿ 70% ਦਾ ਜਿਹੜਾ ਕਿ ਟੀਚਾ ਰੱਖਿਆ ਗਿਆ ਕਿ ਘੱਟੋ ਘੱਟ 70% ਜਿਹੜੀ ਕਿ ਵੋਟਿੰਗ ਹੋਵੇ, ਲੇਕਿਨ ਵੋਟਿੰਗ ਜਿਹੜੀ ਕਿ 60% ਵੀ ਜਿਹੜੀ ਕਿ ਨਹੀਂ ਪਹੁੰਚ ਪਾਈ ਹੈ। ਕੋਸ਼ਿਸ਼ ਕੀਤੀ ਸੀ, ਵੱਖ ਵੱਖ ਸਕੀਮਾਂ ਵੀ ਦਿੱਤੀ ਗਈ ਸੀ, ਖਾਸ ਕਰ ਯੰਗਸਟਰ ਨੂੰ ਦਿੱਤੀ ਗਈ ਸੀ, ਜੇਕਰ ਉਹ ਸ਼ਾਹੀ ਦਿਖਾਉਂਦੇ ਤੇ ਉਹਨਾਂ ਨੂੰ ਹੋਟਲਾਂ 'ਤੇ ਜਿਹੜੀ ਕਿ 25% ਦੀ ਛੂਟ ਮਿਲੂਗੀ। ਇਸ ਤੋਂ ਇਲਾਵਾ ਵੱਖ ਵੱਖ ਸਕੀਮਾਂ ਦਿਖਾਈ ਗਈ ਸੀ। ਸਿਕਿਉਰਿਟੀ ਤੁਹਾਨੂੰ ਦਿਖਾ ਰਹੇ ਨੇ ਕਿ ਇੱਥੇ ਮੁਲਾਜ਼ਮ ਜਿਹੜੇ ਕਿ 24 ਘੰਟੇ ਜਿਹੜੇ ਕਿ ਇੱਥੇ ਡਿਊਟੀ ਕਰਦੇ ਪਏ ਨੇ, ਕਿਸੇ ਵੀ ਵਿਅਕਤੀ ਨੂੰ ਬਿਨਾਂ ਪਰਮਿਸ਼ਨ ਤੋਂ ਅੰਦਰ ਜਾਣ ਦੀ ਇਜਾਜ਼ਤ ਨਹੀਂ। ਦੂਜੇ ਪਾਸੇ ਪਿੱਛੇ ਕਹੂੰਗਾ ਦਿਖਾਇਆ ਜਾਵੇ ਕਿ ਟੈਂਟ ਜਿਹੜੇ ਕਿ ਲੱਗਣੇ ਸ਼ੁਰੂ ਹੋ ਗਏ, ਕਿਉਂਕਿ 4 ਤਰੀਕ ਲਈ ਜਿਹੜੇ ਕਿ ਇੰਤਜ਼ਾਮ ਕੀਤੇ ਗਏ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਜਿਸ ਕਰਕੇ ਕੂਲਰ ਪੱਖਾ ਪਾਣੀ ਦਾ ਇੰਤਜ਼ਾਮ ਕੀਤਾ ਗਿਆ, ਕਿਉਂਕਿ ਜਿਹੜੇ ਲੋਕ ਇੱਥੇ ਪਹੁੰਚਣਗੇ ਉਹਨਾਂ ਲਈ ਜਿਹੜੇ ਖਾਸ ਤੌਰ ਤੇ ਇੰਤਜ਼ਾਮ ਕੀਤਾ ਗਿਆ। ਪ੍ਰਸ਼ਾਸਨ ਵੀ ਬਾਰ-ਬਾਰ ਅਪੀਲ ਕਰ ਰਿਹਾ ਖੁਦ ਨੂੰ ਹਾਈਡਰੇਟ ਰੱਖਿਆ ਜਾਵੇ, ਕਿਉਂਕਿ ਜਿਸ ਤਰ੍ਹਾਂ ਦੀ ਗਰਮੀ ਪੈ ਰਹੀ ਹੈ ਖੁਦ ਨੂੰ ਹਾਈਡਰੇਟ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਦੂਜੇ ਪਾਸੇ ਹੁਣ 4 ਤਰੀਕ ਦਾ ਇੰਤਜ਼ਾਰ ਹੈ ਸਭ ਨੂੰ, ਕਿਉਂਕਿ ਸਭ ਦੀ ਦਿਲ ਦੀ ਧੜਕਣਾਂ ਵਧੀਆਂ ਹੋਈਆਂ, ਕਿਉਂਕਿ ਖਾਸ ਤੌਰ ਤੇ ਜਿਹੜੀ ਜਲੰਧਰ ਸੀਟ ਹੈ ਉਹ ਹੋਟ ਸੀਟ ਮੰਨੀ ਜਾ ਰਹੀ ਸੀ, ਕੰਪੀਟੀਸ਼ਨ ਕਾਫੀ ਤਕੜਾ ਮੰਨਿਆ ਜਾ ਰਿਹਾ ਸੀਗਾ। ਤੇ 4 ਤਰੀਕ ਨੂੰ ਸਵੇਰ ਤੋਂ ਜਿਹੜੇ ਕਿ ਨਤੀਜੇ ਆਣੇ ਸ਼ੁਰੂ ਹੋ ਜੂਗੇ ਤੇ ਦੁਪਹਿਰ ਤੱਕ ਜਿਹੜੀ ਕਿ ਤਸਵੀਰ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਕੌਣ ਬਾਜੀ ਮਾਰੂਗਾ, ਕਿਉਂਕਿ ਸਭ ਦਾ ਦਾਅਵਾ ਹੈ ਕਿ ਅਸੀਂ ਇਸ ਸੀਟ ਤੋਂ ਜਿੱਤ ਹਾਸਲ ਕਰਾਂਗੇ, ਲੇਕਿਨ ਜਿਸ ਤਰ੍ਹਾਂ ਦਾ ਕੰਪੀਟੀਸ਼ਨ ਹੋਇਆ ਵੈ ਕਹਿ ਪਾਉਣਾ ਔਖਾ ਵੈ ਕਿ ਇਸ ਵਾਰੀ ਕੌਣ ਬਣੇਗਾ ਜਲੰਧਰ ਦਾ ਸਿਕੰਦਰ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ ਜਲੰਧਰ। ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਕੱਲ ਪੂਰੇ ਕਹਿ ਸਕਦੇ 7ਵੇਂ ਚਰਨ ਦਾ ਜਿਹੜਾ ਮਤਦਾਨ ਹੋ ਚੁੱਕਾ ਹੋਇਆ ਵੈ ਤੇ ਜਲੰਧਰ ਵਿੱਚ ਵੀ ਵੋਟਿੰਗ ਹੋ ਚੁੱਕੀ ਹੈ। 59% ਜਿਹੜੀ ਕਿ ਵੋਟਿੰਗ ਜਲੰਧਰ ਵਿੱਚ ਹੋਈ ਹੈ ਤੇ ਹੁਣ ਜਿਹੜੀ ਕਿਸਮਤ ਹੈ ਉਹ EVM ਮਸ਼ੀਨਾਂ ਵਿੱਚ ਕੈਦ ਹੈ ਤੇ ਇਸ ਵਕਤ ਅਸੀਂ ਕਾਊਂਟਿੰਗ ਸੈਂਟਰ ਤੇ ਪਹੁੰਚ ਚੁੱਕੇ ਹਾਂ ਜਿੱਥੇ ਕਿ EVM ਮਸ਼ੀਨਾਂ ਰੱਖੀਆਂ ਗਈਆਂ। ਤੁਹਾਨੂੰ ਦੱਸ ਦੇ ਕਿ ਇੱਥੋਂ ਜਿਹੜੀ ਕਿ ਸਿਕਿਉਰਿਟੀ ਜਿਹੜੀ ਕਿ ਚੈੱਕ ਕਰਕੇ ਹੀ ਕਿਸੇ ਵੀ ਵਿਅਕਤੀ ਨੂੰ ਜਿਹੜਾ ਕੀ ਹੈ ਅੰਦਰ ਜਿਹੜਾ ਕਿ ਜਾਣ ਦਿੱਤਾ ਜਾਊਗਾ, ਕਿਉਂਕਿ 4 ਤਰੀਕ ਨੂੰ ਜਿਹੜਾ ਕਿ ਨਤੀਜੇ ਜਿਹੜੇ ਕਿ ਐਲਾਨੇ ਜਾਊਗੇ ਤੇ ਕੌਣ ਬਾਜੀ ਮਾਰੂਗਾ ਇਹ ਤਾਂ ਦੇਖਣ ਵਾਲੀ ਗੱਲ ਹੋਊਗੀ। ਕਿਉਂਕਿ ਇਸ ਵਾਰੀ 5 ਤਰਫਾ ਮੁਕਾਬਲਾ ਸੀਗਾ, ਕਿਉਂਕਿ ਸਾਬਕਾ CM ਚਰਨਜੀਤ ਸਿੰਘ ਚੰਨੀ ਹੋਣੀ ਮੈਦਾਨ ਵਿੱਚ ਉਤਰੇ ਹੋਏ ਸੀ ਕਾਂਗਰਸ ਵੱਲੋਂ, ਦੂਜੇ ਪਾਸੇ ਭਾਜਪਾ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਮੈਦਾਨ 'ਚ ਉਤਰੇ ਹੋਏ ਸੀਗੇ, ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂ ਹੋਣੀ ਮੈਦਾਨ 'ਚ ਉਤਰੇ ਹੋਏ ਸੀਗੇ, ਉਸ ਤੋਂ ਇਲਾਵਾ ਅਕਾਲੀ ਦਲ ਵਿੱਚ ਜਿਹੜਾ ਕਿ ਹੈ ਪੁਰਾਣੇ ਜਿਹੜੇ ਖਿਲਾੜੀ ਜਿਨ੍ਹਾਂ ਨੂੰ ਕਿਹਾ ਜਾਂਦਾ ਮਹਿੰਦਰ KP ਉਹ ਮੈਦਾਨ 'ਚ ਉਤਰੇ ਹੋਏ ਸੀ, ਉਸ ਤੋਂ ਇਲਾਵਾ BSP ਤੋਂ ਐਡਵੋਕੇਟ ਬਲਵਿੰਦਰ ਕੁਮਾਰ ਜਿਹੜਾ ਕਿ ਮੈਦਾਨ 'ਚ ਉਤਰੇ ਹੋਏ ਸੀਗੇ। ਇਸ ਵਾਰੀ ਤਕੜਾ ਮੁਕਾਬਲਾ ਜਿਹੜਾ ਕਿ ਦੇਖਣ ਨੂੰ ਮਿਲਿਆ। ਵੋਟਿੰਗ ਪਰਸੈਂਟੇਜ ਦੀ ਗੱਲ ਕਰੀਏ ਤੇ ਕਿਹਾ ਜਾ ਰਿਹਾ ਸੀ ਕਿ 70% ਦਾ ਜਿਹੜਾ ਕਿ ਟੀਚਾ ਰੱਖਿਆ ਗਿਆ ਕਿ ਘੱਟੋ ਘੱਟ 70% ਜਿਹੜੀ ਕਿ ਵੋਟਿੰਗ ਹੋਵੇ, ਲੇਕਿਨ ਵੋਟਿੰਗ ਜਿਹੜੀ ਕਿ 60% ਵੀ ਜਿਹੜੀ ਕਿ ਨਹੀਂ ਪਹੁੰਚ ਪਾਈ ਹੈ। ਕੋਸ਼ਿਸ਼ ਕੀਤੀ ਸੀ, ਵੱਖ ਵੱਖ ਸਕੀਮਾਂ ਵੀ ਦਿੱਤੀ ਗਈ ਸੀ, ਖਾਸ ਕਰ ਯੰਗਸਟਰ ਨੂੰ ਦਿੱਤੀ ਗਈ ਸੀ, ਜੇਕਰ ਉਹ ਸ਼ਾਹੀ ਦਿਖਾਉਂਦੇ ਤੇ ਉਹਨਾਂ ਨੂੰ ਹੋਟਲਾਂ 'ਤੇ ਜਿਹੜੀ ਕਿ 25% ਦੀ ਛੂਟ ਮਿਲੂਗੀ। ਇਸ ਤੋਂ ਇਲਾਵਾ ਵੱਖ ਵੱਖ ਸਕੀਮਾਂ ਦਿਖਾਈ ਗਈ ਸੀ। ਸਿਕਿਉਰਿਟੀ ਤੁਹਾਨੂੰ ਦਿਖਾ ਰਹੇ ਨੇ ਕਿ ਇੱਥੇ ਮੁਲਾਜ਼ਮ ਜਿਹੜੇ ਕਿ 24 ਘੰਟੇ ਜਿਹੜੇ ਕਿ ਇੱਥੇ ਡਿਊਟੀ ਕਰਦੇ ਪਏ ਨੇ, ਕਿਸੇ ਵੀ ਵਿਅਕਤੀ ਨੂੰ ਬਿਨਾਂ ਪਰਮਿਸ਼ਨ ਤੋਂ ਅੰਦਰ ਜਾਣ ਦੀ ਇਜਾਜ਼ਤ ਨਹੀਂ। ਦੂਜੇ ਪਾਸੇ ਪਿੱਛੇ ਕਹੂੰਗਾ ਦਿਖਾਇਆ ਜਾਵੇ ਕਿ ਟੈਂਟ ਜਿਹੜੇ ਕਿ
ਲੱਗਣੇ ਸ਼ੁਰੂ ਹੋ ਗਏ ਕਿਉਂਕਿ 4 ਤਰੀਕ ਲਈ ਜਿਹੜੇ ਕਿ ਇੰਤਜ਼ਾਮ ਕੀਤੇ ਗਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਹੈ, ਜਿਸ ਕਰਕੇ ਕੂਲਰ, ਪੱਖਾ, ਪਾਣੀ ਦਾ ਇੰਤਜ਼ਾਮ ਕੀਤਾ ਗਿਆ ਕਿਉਂਕਿ ਜਿਹੜੇ ਲੋਕ ਇੱਥੇ ਪਹੁੰਚਣਗੇ ਉਹਨਾਂ ਲਈ ਜਿਹੜੇ ਖਾਸ ਤੌਰ 'ਤੇ ਇੰਤਜ਼ਾਮ ਕੀਤਾ ਗਿਆ। ਪ੍ਰਸ਼ਾਸਨ ਵੀ ਵਾਰ ਵਾਰ ਅਪੀਲ ਕਰ ਰਿਹਾ ਖੁਦ ਨੂੰ ਹਾਈਡਰੇਟ ਰੱਖਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਦੀ ਗਰਮੀ ਪੈ ਰਹੀ ਹੈ ਖੁਦ ਨੂੰ ਹਾਈਡਰੇਟ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਦੂਜੇ ਪਾਸੇ ਹੁਣ 4 ਤਰੀਕ ਦਾ ਇੰਤਜ਼ਾਰ ਹੈ ਸਭ ਨੂੰ ਕਿਉਂਕਿ ਸਭ ਦੀ ਦਿਲ ਦੀ ਧੜਕਣਾ ਵਧੀਆਂ ਹੋਈਆਂ ਕਿਉਂਕਿ ਖਾਸ ਤੌਰ 'ਤੇ ਜਿਹੜੀ ਜਲੰਧਰ ਸੀਟ ਹੈ ਉਹ ਹੋਟ ਸੀਟ ਮੰਨੀ ਜਾ ਰਹੀ ਸੀ, ਕੰਪੀਟੀਸ਼ਨ ਕਾਫੀ ਤਕੜਾ ਮੰਨਿਆ ਜਾ ਰਿਹਾ ਸੀਗਾ। ਅਤੇ 4 ਤਰੀਕ ਨੂੰ ਸਵੇਰ ਤੋਂ ਜਿਹੜੇ ਕਿ ਨਤੀਜੇ ਆਉਣੇ ਸ਼ੁਰੂ ਹੋ ਜੂਗੇ ਅਤੇ ਦੁਪਹਿਰ ਤੱਕ ਜਿਹੜੀ ਕਿ ਤਸਵੀਰ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਕੌਣ ਬਾਜ਼ੀ ਮਾਰੂਗਾ, ਕਿਉਂਕਿ ਸਭ ਦਾ ਦਾਅਵਾ ਹੈ ਕਿ ਅਸੀਂ ਇਸ ਸੀਟ ਤੋਂ ਜਿੱਤ ਹਾਸਿਲ ਕਰਾਂਗੇ। ਲੇਕਿਨ ਜਿਸ ਤਰ੍ਹਾਂ ਦਾ ਕੰਪੀਟੀਸ਼ਨ ਹੋਇਆ ਵੈ ਕਹਿ ਪਾਉਣਾ ਔਖਾ ਵੈ ਕਿ ਇਸ ਵਾਰੀ ਕੌਣ ਬਣੇਗਾ ਜਲੰਧਰ ਦਾ ਸਿਕੰਦਰ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ, ਜਲੰਧਰ।